हाँ जी, सत श्री अकाल जी। लो जी, सर्दियां ते गाजरां दा सीजन गया, ते अपने घरां दे विच गजरेला ना बने हो नहीं सकदा। गजरेला बनाउण दे लई आपां नूं किहड़े किहड़े समान दी जरूरत आ ते किवें बनदा, ते लो जी फिर करदे आपां रैसिपी नूं शुरू। जेकर तुसीं मेरे चैनल दे नवें आए हो तां चैनल नूं सबसक्राइब जरूर कर देना। गजरेला बनाउण दे लई आपां लईआं 3 किलो गाजरां। गाजरां जिहड़ियां जी तुसीं गजरेले दे लई मोटियां गाजरां लैणियां, बरीक गाजरां नहीं लैणियां। ਤੇ ਇੱਕ ਤੁਸੀਂ ਲਾਲ ਕਲਰ ਵਾਲੀਆਂ ਗਾਜਰਾਂ ਲੈਣੀਆਂ। ਇਸ ਗਾਜਰ ਦੇ ਵਿੱਚ ਮਿਠਾਸ ਆ ਜਿਹੜੀ ਜ਼ਿਆਦਾ ਹੁੰਦੀ ਆ, ਤੇ ਮਿੱਠਾ ਵੀ ਹੈ ਜਿਹੜਾ ਤੁਹਾਡਾ ਘੱਟ ਲੱਗੂਗਾ, ਤੇ ਗਜਰੇਲਾ ਵੀ ਹੈ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ। ਇਸ ਤੋਂ ਇਲਾਵਾ ਆਪਾਂ ਨੂੰ ਚਾਹੀਦਾ ਜੀ 5 ਇਲਾਚੀਆਂ ਦਾ ਪਾਊਡਰ, ਸੌਂਗੀ, ਬਦਾਮ, ਘਿਓ, ਤੇ 3 ਲੀਟਰ ਹੀ ਲਿਆ ਜੀ ਆਪਾਂ ਦੁੱਧ। ਤੇ ਗਜਰੇਲੇ ਦੀ ਰੈਸਪੀ ਨੂੰ ਕਰਦੇ ਹਾਂ ਆਪਾਂ ਸ਼ੁਰੂ। ਗਾਜਰਾਂ ਨੂੰ ਛਿੱਲਣ ਤੋਂ ਪਹਿਲਾਂ ਜੀ ਆਪਾਂ 2 ਤੋਂ 3 ਪਾਣੀ ਵਾਸ਼ ਕਰ ਲੈਣਾ ਗਾਜਰਾਂ ਨੂੰ ਚੰਗੀ ਤਰ੍ਹਾਂ। ਤਾਂ ਗਾਜਰਾਂ ਜਿਹੜੀਆਂ ਜੀ ਹੁਣ ਆਪਾਂ ਛਿੱਲ ਲਾਂਗੇ। ਇਸ ਤਰ੍ਹਾਂ ਜਿਹੜਾ ਆਪਾਂ ਇਹਦਾ ਛਿਲਕਾ ਉਤਾਰੀ ਆਉਣਾ। ਅਤੇ ਇਹ ਜਿਹੜੀ ਟੋਪੀ ਆ ਗਾਜਰ ਦੀ, ਇਸ ਟੋਪੀ ਨੂੰ ਨਹੀਂ ਤੁਸੀਂ ਉਤਾਰਨਾ ਪਹਿਲਾਂ, ਨਹੀਂ ਤਾਂ ਕੱਦੂਕਸ਼ ਕਰਨ ਦੇ ਟਾਈਮ ਤੁਹਾਨੂੰ ਦਿੱਕਤ ਆਊਗੀ। ਤਾਂ ਇਸੇ ਤਰ੍ਹਾਂ ਜਿਹੜੀਆਂ ਆਪਾਂ ਸਾਰੀਆਂ ਗਾਜਰਾਂ ਉਹ ਛਿੱਲ ਲਾਂਗੇ। ਲਓ ਜੀ, ਗਾਜਰਾਂ ਜਿਹੜੀਆਂ ਆਪਾਂ ਛਿੱਲ ਲਈਆਂ, ਅਤੇ ਹੁਣ ਇਹਨਾਂ ਨੂੰ ਆਪਾਂ ਵਾਸ਼ ਕਰ ਲਾਂਗੇ ਇੱਕ ਵਾਰੀ। ਲਓ ਜੀ, ਗਾਜਰਾਂ ਨੂੰ ਕਰ ਲਿਆ ਆਪਾਂ ਵਾਸ਼। ਹੁਣ ਕਰਦੇ ਹਾਂ ਆਪਾਂ ਇਹਨਾਂ ਨੂੰ ਕੱਦੂਕਸ਼। ਕੱਦੂਕਸ਼ ਕਰਨ ਦੇ ਸਮੇਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ, ਨਾ ਹੀ ਤਾਂ ਇਹਨੂੰ ਆਪਾਂ ਜ਼ਿਆਦਾ ਮੋਟਾ ਕਰਨਾ, ਅਤੇ ਨਾ ਹੀ ਆਪਾਂ ਇਹਨੂੰ ਜ਼ਿਆਦਾ ਬਰੀਕ ਕੱਦੂਕਸ਼ ਕਰਨਾ। ਆਪਾਂ ਕਰਨਾ ਇਹਨੂੰ ਮੀਡੀਅਮ ਸਾਈਜ਼ 'ਚ। ਅਤੇ ਗਾਜਰ ਨੂੰ ਆ ਜਿਹੜਾ ਤੁਸੀਂ ਇਸ ਨੋਟ ਲੰਮੇ ਸਾਈਜ਼ ਰੱਖਣਾ, ਫਿਰ ਆ ਜਿਹੜੇ ਤੁਹਾਡੇ ਲੱਛੇ ਆ ਉਹ ਲੰਮੇ ਬਣਨਗੇ, ਅਤੇ ਗਜਰੇਲਾ ਜਿਹੜਾ ਤੁਹਾਡਾ ਬਹੁਤ ਹੀ ਜ਼ਿਆਦਾ ਵਧੀਆ ਬਣੂੰਗਾ। ਅਤੇ ਗਾਜਰਾਂ ਨੂੰ ਹੁਣ ਆਪਾਂ ਕਰ ਲੈਂਦੇ ਹਾਂ ਕੱਦੂਕਸ਼। ਗਾਜਰ ਦੀ ਟੋਪੀ ਨਾ ਕੱਟਣ ਦਾ ਆਹ ਫਾਇਦਾ ਆਪਾਂ ਨੂੰ, ਗਾਜਰ ਆ ਜਿਹੜੀ ਤੁਹਾਡੀ ਪੂਰੀ ਕੱਦੂਕਸ਼ ਹੋਊਗੀ, ਅਤੇ ਨਾ ਹੀ ਜਿਹੜਾ ਤੁਹਾਡਾ ਹੱਥ ਕੱਟਣ ਦਾ ਡਰ ਆ। ਤਾਂ ਇਸੇ ਤਰ੍ਹਾਂ ਜਿਹੜੀਆਂ ਜੀ ਆਪਾਂ ਗਾਜਰਾਂ ਉਹ ਕੱਦੂਕਸ਼ ਕਰ ਲਾਂਗੇ। ਤਾਂ ਦੇਖੋ ਜੀ, ਲੱਛੇ ਵੇਖੋ ਆਪਣੇ ਕਿੰਨੇ ਲੰਮੇ ਲੰਮੇ ਬਣ ਰਹੇ ਆ। ਤਾਂ ਇਸ ਤਰ੍ਹਾਂ ਆਪਾਂ ਜਿਹੜੀਆਂ ਗਾਜਰਾਂ ਸਾਰੀਆਂ ਕੱਦੂਕਸ਼ ਕਰ ਲਾਂਗੇ। ਲਓ ਜੀ, ਗਾਜਰਾਂ ਜਿਹੜੀਆਂ ਆਪਾਂ ਸਾਰੀਆਂ ਕੱਦੂਕਸ਼ ਕਰ ਲਈਆਂ। 4 ਚਮਚ ਪਾਵਾਂਗੇ ਜੀ ਘੀ ਦੇ। ਘੀ ਆ ਜਿਹੜਾ ਤੁਸੀਂ ਦੇਸੀ ਵੀ ਪਾ ਸਕਦੇ ਹੋ, ਅਤੇ ਡਾਲਡਾ ਵੀ, ਜੋ ਤੁਹਾਡੀ ਮਰਜ਼ੀ, ਜਿਹੜਾ ਮਰਜ਼ੀ ਪਾ ਲਿਆ ਜੀ। ਘੀ ਨੂੰ ਹੁਣ ਦਿੰਦੇ ਹਾਂ ਜੀ ਆਪਾਂ ਮੈਲਟ। ਜੇਕਰ ਤੁਸੀਂ ਗਾਜਰਾਂ ਦਾ ਜੂਸ ਨਹੀਂ ਕੱਢਦੇ ਤਾਂ ਤੁਹਾਨੂੰ ਜਿਹੜਾ ਗਜਰੇਲਾ ਬਣਾਉਣ ਦੇ ਵਿੱਚ ਟਾਈਮ ਬਹੁਤ ਜ਼ਿਆਦਾ ਲੱਗੂਗਾ। ਇਸ ਤਰ੍ਹਾਂ ਤੁਸੀਂ ਹੱਥ ਦੇ ਨਾਲ ਜਿੰਨਾ ਤੁਹਾਡੇ ਤੋਂ ਨੱਪ ਕੇ ਨਿਕਲਦਾ ਉਨਾ ਕੱਢ ਲੈਣਾ ਤੁਸੀਂ। ਗਾਜਰਾਂ ਨੂੰ ਪਾ ਲਾਂਗੇ ਜੀ ਹੁਣ ਆਪਾਂ ਘਿਓ ਦੇ ਵਿੱਚ। ਜਿਵੇਂ ਜਿਵੇਂ ਗਾਜਰਾਂ ਦਾ ਪਾਣੀ ਸੁੱਕਦਾ ਜਾਊਗਾ, ਗਾਜਰਾਂ ਜਿਹੜੀਆਂ ਆਪਣੀਆਂ ਥੱਲੇ ਨੂੰ ਬਹਿ ਜਾਣਗੀਆਂ। ਅਤੇ ਇੱਕ ਵਾਰੀ ਤੁਸੀਂ ਇਹਨੂੰ ਸੈੱਟ ਕਰ ਲੈਣਾ ਇਸ ਤਰ੍ਹਾਂ 7 ਤੋਂ 8 ਮਿੰਟ ਦੇ ਲਈ। ਆਪਾਂ ਇਹਨੂੰ ਛੇੜਨਾ ਨਹੀਂ ਗਾ ਜਮਾਂ ਵੀ। 7 ਤੋਂ 8 ਮਿੰਟ ਬਾਅਦ ਆਪਾਂ ਇਹਦੀ ਇੱਕ ਵਾਰੀ ਇਸ ਤਰ੍ਹਾਂ ਸਾਈਡ ਚੇਂਜ ਕਰ ਲੈਣੀ ਆ, ਥੋੜ੍ਹਾ ਥੋੜ੍ਹਾ ਹਿਲਾ ਲੈਣਾ ਤੁਸੀਂ ਇਹਨੂੰ। ਇੱਕ ਲੀਟਰ ਪਾ ਲਾਂਗੇ ਹੁਣ ਆਪਾਂ ਦੁੱਧ। ਇਸ ਤਰ੍ਹਾਂ ਜੇਕਰ ਤੁਸੀਂ ਗਜਰੇਲਾ ਬਣਾਓਗੇ ਤਾਂ ਬਹੁਤ ਹੀ ਜਲਦੀ ਹੈ ਜਿਹੜਾ ਤੁਹਾਡਾ ਗਜਰੇਲਾ ਤਿਆਰ ਹੋ ਜਾਊਗਾ। ਦੁੱਧ ਆਪਾਂ ਪਾਇਆ 1 ਲੀਟਰ, 2 ਲੀਟਰ ਦੁੱਧ ਆ ਜੇ ਆਪਣੇ ਕੋਲ ਬਾਕੀ ਦਾ, ਉਹ ਆਪਾਂ ਜਿਵੇਂ ਜਿਵੇਂ ਆਪਾਂ ਨੂੰ ਲੋੜ ਹੋਊਗੀ ਉਵੇਂ ਉਵੇਂ ਬਾਅਦ ਦੇ ਵਿੱਚ ਆਪਾਂ ਪਾਉਂਦੇ ਜਾਵਾਂਗੇ। 7 ਤੋਂ 8 ਮਿੰਟ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਚੀਨੀ। ਦੁੱਧ ਨੂੰ ਜਿਹੜਾ ਜੀ ਆਪਣੇ ਉਬਾਲਾ ਆਉਣਾ ਸ਼ੁਰੂ ਹੋ ਚੁੱਕਿਆ, ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਵਿੱਚ। ਪੰਜ ਇਲਾਚੀਆਂ ਦਾ ਪਾ ਲਾਂਗੇ ਆਪਾਂ ਪਾਊਡਰ। ਅੱਧਾ
ਦੀਆਂ ਪਾਵਾਂਗੇ ਆਪਾਂ ਕਿਸ਼ਮਿਸ਼। ਡੇਢ ਕੱਪ ਲਈ ਆਪਾਂ ਚੀਨੀ, ਚੀਨੀ ਹੈ ਜਿਹੜੀ ਜੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਜਿੰਨਾ ਤੁਹਾਨੂੰ ਮਿੱਠਾ ਪਸੰਦ ਹੈ। ਵੈਸੇ ਤਾਂ ਮੈਂ ਡੇਢ ਕੱਪ ਪਾਇਆ, ਡੇਢ ਕੱਪ ਚੀਨੀ ਹੈ ਜਮ੍ਹਾਂ ਸੈੱਟ ਰਹੂਗੀ। ਗਾਜਰਾਂ ਵੀ ਜਿਹੜੀਆਂ ਜੀ ਆਪਣੀਆਂ 3 ਕਿਲੋ ਅਤੇ 3 ਕਿਲੋ ਹੀ ਆਪਣੇ ਕੋਲ ਦੁੱਧ ਹੈ। ਚੀਨੀ ਨੂੰ ਆ ਜਿਹੜਾ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਤਾਂ 10 ਤੋਂ 15 ਮਿੰਟ ਬਾਅਦ ਹੁਣ ਤੁਹਾਨੂੰ ਆਪਾਂ ਮਿਲਦੇ ਹਾਂ। ਲਓ ਜੀ 15 ਮਿੰਟ ਬਾਅਦ ਹੁਣ ਆਪਾਂ ਨੂੰ ਕਰਦੇ ਹਾਂ ਫਿਰ ਚੈੱਕ। ਇੱਕ ਵਾਰੀ ਆਪਾਂ ਕਰ ਲਾਂਗੇ ਮਿਕਸ, ਗਜਰੇਲਾ ਜਿਹੜਾ ਆਪਣਾ ਥੱਲੇ ਨਾ ਲੱਗੇ, ਕਿਉਂਕਿ ਚੁੱਲ੍ਹੇ ਦਾ ਟੈਂਪਰੇਚਰ ਆ ਜਿਹੜਾ ਆਪਣਾ ਫੁੱਲ ਹਾਈ ਹੈ ਇਸ ਟਾਈਮ। 15 ਤੋਂ 20 ਬਦਾਮ ਲਏ ਆਪਾਂ ਕਰੱਸ਼ ਕੀਤੇ ਹੋਏ। ਇੱਕ ਲੀਟਰ ਜਿਹੜਾ ਆਪਾਂ ਦੁੱਧ ਪਾਇਆ ਅਤੇ ਕੁਛ ਗਾਜਰਾਂ ਨੇ ਜਿਹੜਾ ਪਾਣੀ ਛੱਡਿਆ ਹੋਇਆ, ਇਹਨੂੰ ਆਪਾਂ ਹੁਣ ਇੱਕ ਵਾਰੀ ਬਿਲਕੁਲ ਸੁਕਾਉਣਾ। ਇਹਨੂੰ ਆਪਾਂ ਨੂੰ ਸੁਕਾਉਣ 'ਤੇ 20 ਤੋਂ 25 ਮਿੰਟ ਲੱਗਣਗੇ। ਲਓ ਜੀ 20 ਮਿੰਟ ਲੱਗੇ ਆਪਾਂ ਨੂੰ ਗਾਜਰਾਂ ਦਾ ਪਾਣੀ ਅਤੇ ਦੁੱਧ ਨੂੰ ਸੁਕਾਉਣ 'ਤੇ। ਤਾਂ ਹੁਣ ਇੱਕ ਵਾਰੀ ਆਪਾਂ ਮਿਕਸ ਕਰ ਲਾਂਗੇ। ਇੱਕ ਲੀਟਰ ਦੁੱਧ ਆਪਾਂ ਹੁਣ ਫਿਰ ਪਾ ਲਾਂਗੇ। ਗਜਰੇਲੇ ਨੂੰ ਆ ਜਿਹੜਾ ਜੀ ਆਪਾਂ ਬੜੇ ਹੀ ਪਿਆਰ ਜੇ ਦੇ ਨਾਲ ਮਿਕਸ ਕਰਨਾ, ਲੱਛੇ ਨਾ ਟੁੱਟਣ ਆਪਣੇ ਗਾਜਰਾਂ ਦੇ, ਕਿਉਂਕਿ 70 ਤੋਂ 80% ਤੱਕ ਗਾਜਰਾਂ ਜਿਹੜੀਆਂ ਆਪਣੀਆਂ ਪੱਕ ਚੁੱਕੀਆਂ। ਜਿਵੇਂ ਆਪਾਂ ਪਹਿਲਾਂ ਦੁੱਧ ਨੂੰ ਸੁਕਾਇਆ ਉਸੇ ਤਰ੍ਹਾਂ ਹੀ ਆਪਾਂ ਫਿਰ ਦੁਬਾਰਾ ਸੁਕਾਉਣਾ ਦੁੱਧ ਨੂੰ। 20 ਤੋਂ 25 ਮਿੰਟ ਆਪਾਂ ਨੂੰ ਫਿਰ ਲੱਗਣਗੇ। ਉੱਪਰ ਤੋਂ ਕਵਰ ਕਰ ਲਾਂਗੇ। ਹੁਣ ਆਪਾਂ ਉੱਪਰ ਤੋਂ ਕਵਰ ਕਰਕੇ 20 ਤੋਂ 25 ਮਿੰਟ ਦੇ ਲਈ ਆਪਾਂ ਪਕਾਵਾਂਗੇ। ਦੁੱਧ ਪਾਏ ਨੂੰ ਆਪਣੇ ਨੂੰ 20 ਮਿੰਟ ਹੋ ਚੁੱਕੇ ਆ, ਅੱਧਾ ਦੁੱਧ ਜਿਹੜਾ ਸੁੱਕ ਚੁੱਕਿਆ। ਅਤੇ ਬੜੇ ਹੀ ਪਿਆਰ ਜੇ ਦੇ ਨਾਲ ਤੁਸੀਂ ਇਹਨੂੰ ਮਿਕਸ ਕਰਨਾ, ਗਜਰੇਲਾ ਜਿਹੜਾ ਆਪਣਾ ਥੱਲੇ ਨਾ ਲੱਗੇ। 10 ਤੋਂ 15 ਮਿੰਟ ਆਪਾਂ ਨੂੰ ਹੋਰ ਲੱਗਣਗੇ ਦੁੱਧ ਸੁਕਾਉਣ ਨੂੰ। ਲਓ ਜੀ ਦੁੱਧ ਸੁੱਕਣਾ ਸ਼ੁਰੂ ਹੋ ਚੁੱਕਿਆ। ਅਤੇ ਗਜਰੇਲੇ ਨੂੰ ਤੁਸੀਂ ਇਸ ਟਾਈਮ ਨਾਲ ਨਾਲ ਮਿਕਸ ਕਰਦੇ ਰਹਿਣਾ ਬੜੇ ਹੀ ਪਿਆਰ ਜੇ ਦੇ ਨਾਲ, ਨਹੀਂ ਤਾਂ ਫਿਰ ਗਜਰੇਲਾ ਜਿਹੜਾ ਆਪਣਾ ਥੱਲੇ ਲੱਗਣਾ ਸ਼ੁਰੂ ਹੋ ਜਾਊਗਾ। ਥੋੜ੍ਹੀ ਥੋੜ੍ਹੀ ਦੇਰ ਬਾਅਦ ਤੁਸੀਂ ਇਹਨੂੰ ਮਿਕਸ ਕਰਦੇ ਰਹਿਣਾ। ਲਓ ਜੀ ਦੁੱਧ ਆ ਜਿਹੜਾ ਆਪਣਾ ਸੁੱਕ ਚੁੱਕਿਆ। ਤਾਂ ਹੁਣ ਪਾ ਲਾਂਗੇ ਆਪਾਂ 1 ਚਮਚਾ ਘਿਓ ਦਾ। ਘਿਓ ਦੇ ਨਾਲ ਜਿਹੜੀ ਆਪਣੀ ਸ਼ਾਈਨਿੰਗ ਆ ਜੂਗੀ। ਘਿਓ ਨੂੰ ਜਿਹੜਾ ਜੀ ਆਪਾਂ ਕਰ ਲਾਂਗੇ ਮਿਕਸ। ਪੰਜ ਤੋਂ ਸੱਤ ਮਿੰਟ ਦੇ ਲਈ ਆਪਾਂ ਹੋਰ ਰੱਖਾਂਗੇ ਇਹਨੂੰ ਇਸੇ ਤਰ੍ਹਾਂ। ਲਓ ਜੀ ਗਜਰੇਲੇ ਦਾ ਦੁੱਧ ਆ ਜਿਹੜਾ ਸੁੱਕ ਚੁੱਕਿਆ। ਅਤੇ ਕੜਾਹੀ ਨੂੰ ਲਾ ਲੈਂਦੇ ਆਪਾਂ ਥੱਲੇ। ਅਤੇ ਹੁਣ ਬਣਾਉਣਾ ਆਪਾਂ ਖੋਇਆ। ਬਚੇ ਹੋਏ 1.5 ਲੀਟਰ ਦੁੱਧ ਦਾ ਬਣਾਵਾਂਗੇ ਆਪਾਂ ਖੋਇਆ। ਚੁੱਲ੍ਹੇ ਨੂੰ ਕਰ ਦਿੰਦੇ ਹਾਂ ਔਨ। ਦੁੱਧ ਨੂੰ ਆਉਣ ਦਿੰਦੇ ਹਾਂ ਜੀ ਆਪਾਂ ਉਬਾਲਾ। ਲਓ ਜੀ ਦੁੱਧ ਨੂੰ ਉਬਾਲਾ ਆ ਚੁੱਕਿਆ। ਅਤੇ ਸਿੱਪੀ ਦੇ ਨਾਲ ਦੁੱਧ ਨੂੰ ਆ ਜਿਹੜਾ ਜੀ ਤੁਸੀਂ ਨਾਲ ਨਾਲ ਇਸ ਤਰ੍ਹਾਂ ਹਿਲਾਉਂਦੇ ਰਹਿਣਾ। ਅਤੇ ਚੁੱਲ੍ਹੇ ਦਾ ਟੈਂਪਰੇਚਰ ਆ ਜਿਹੜਾ ਜੀ ਤੁਸੀਂ ਲੋ ਹੀ ਰੱਖਣਾ, ਜ਼ਿਆਦਾ ਹਾਈ ਨਹੀਂ ਕਰਨਾ, ਨਹੀਂ ਤਾਂ ਦੁੱਧ ਆ ਜਿਹੜਾ ਤੁਹਾਡਾ ਥੱਲੇ ਲੱਗੂਗਾ। ਅਤੇ 20 ਤੋਂ 25 ਮਿੰਟ ਲੱਗਣਗੇ ਤੁਹਾਨੂੰ ਖੋਇਆ ਬਣਾਉਣ 'ਤੇ। ਲਓ ਜੀ ਦੁੱਧ ਆ ਜਿਹੜਾ ਆਪਣਾ ਰਬੜੀ 'ਤੇ ਆ ਚੁੱਕਿਆ। ਇਸ ਟਾਈਮ 'ਤੇ ਆ ਕੇ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ, ਨਹੀਂ ਤਾਂ ਰਬੜੀ ਆ ਜਿਹੜੀ ਆਪਣੀ ਥੱਲੇ ਲੱਗੂਗੀ ਅਤੇ ਖੋਇਆ ਜਿਹੜਾ ਫਿਰ ਆਪਣਾ ਖਰਾਬ ਹੋ ਜਾਊਗਾ। ਨਾਲ ਨਾਲ ਹਿਲਾਉਂਦੇ ਰਹਿਣਾ ਤੁਸੀਂ। ਲਓ ਜੀ ਖੋਇਆ ਜਿਹੜਾ ਆਪਣਾ ਬਣ ਚੁੱਕਿਆ ਅਤੇ ਲਾਹ ਲੈਂਦੇ ਹਾਂ ਆਪਾਂ। ਖੋਇਆ ਕਰਦੇ ਹਾਂ ਆਪਾਂ ਮਿਕਸ ਗਜਰੇਲੇ 'ਚ। ਖੋਇਆ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਦਾਣੇਦਾਰ ਬਣਿਆ ਆਪਣਾ। ਖੋਇਆ ਜਿਹੜਾ ਜੀ ਤੁਸੀਂ ਬਾਜ਼ਾਰ ਤੋਂ ਲਿਆ ਕੇ ਵੈਸੇ ਤਾਂ ਪਾ ਸਕਦੇ ਹੋ, ਪਰ ਘਰ ਵਾਲਾ ਖੋਇਆ ਘਰ ਵਾਲਾ ਹੀ ਹੁੰਦਾ। ਬਾਜ਼ਾਰ 'ਚ ਜ਼ਿਆਦਾਤਰ ਜਿਹੜਾ ਖੋਇਆ ਮਿਲਦਾ ਉਹ ਆਂਡਿਆਂ ਤੋਂ ਤਿਆਰ ਕੀਤਾ ਜਾਂਦਾ ਖੋਇਆ। ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ, ਪਹਿਲਾਂ ਪਤਾ ਕਿ ਨਹੀਂ ਪਤਾ ਹੈਗਾ। ਅਤੇ ਖੋਏ ਨੂੰ ਆ ਜਿਹੜਾ ਜੀ ਆਪਾਂ ਗਜਰੇਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹੁਣ ਕਰਦੇ ਹਾਂ ਜੀ ਆਪਾਂ ਸਰਵ। ਅਤੇ ਗਜਰੇਲਾ ਜਿਹੜਾ ਤੁਹਾਡਾ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ ਅਤੇ ਬੜੇ ਹੀ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਗਜਰੇਲਾ ਜਿਹੜਾ ਤੁਹਾਡਾ ਤਿਆਰ ਹੋ ਜਾਊਗਾ, ਜੇਕਰ ਤੁਸੀਂ ਮੇਰੀ ਇਸ ਰੈਸਪੀ ਦੇ ਤਰੀਕੇ ਦੇ ਨਾਲ ਬਣਾਉਂਗੇ ਤਾਂ। ਅਤੇ ਲਓ ਜੀ ਕਰੋ ਚੈੱਕ। ਹੁਣ ਕਰਦੇ ਹਾਂ ਜੀ ਆਪਾਂ ਡਰਾਈ ਫਰੂਟ ਦੇ ਨਾਲ ਗਾਰਨਿਸ਼।
दो रखांगे आपां किशमिश, इस तरह आपां बदाम ला लांगे, थोड़े जे बदाम पावांगे आपां क्रश कीते हुए, हाँ जी करो लोग चेक जी बने बिल्कुल हलवाई की तरह अपना गजरेला। तो तुम मेरी इस गजरेले की रैसपी अपने घर के ट्राई जरूर करना, कमेंट के दसना भी तुम्हें मेरे गजरेले की रैसपी किदा लगी। तो जेकर तुम्हें मेरी रैसपी आई है पसंद तो फिर चैनल में कर देना सबसक्राइब, तो बैल आइकन कर देना प्रेस, तो तक अगली रैसपी की वीडियो जल्द तो जल्द पहुँच सके। लो जी फिर मिलते हैं किसी नवी रैसपी के नाल, वीडियो देखने लिये धन्यवाद जी, सत श्री अकाल जी।